ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਬਟਾਲਾ ਸ਼ਹਿਰ 'ਚ ਬਟਾਲਾ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ SHO ਜਸਜੀਤ ਸਿੰਘ ਦੀ ਅਗਵਾਈ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਬਟਾਲਾ ਬੱਸ ਅੱਡੇ ਤੇ ਚਲਾਇਆ ਗਿਆ ਸਰਚ ਅਭਿਆਨ। ਦੱਸ ਦੇਈਏ ਇਸ ਮੌਕੇ SHO ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਹਰ ਢੰਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਪੁਲਿਸ ਵੱਲੋਂ ਹਰ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਸਰਚ ਅਭਿਆਨ ਵੀ ਉਸੇ ਦੀ ਕੜੀ 'ਚ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਸੁਰੱਖਿਆ ਦਿੱਤੀ ਜਾ ਸਕੇ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਬਟਾਲਾ ਪੁਲਿਸ ਦਾ ਸਾਥ ਵੀ ਦੇ। ਮਾਨਯੋਗ SSP ਸਾਹਿਬ ਤੇ DSP ਸਿਟੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਹੌਟਸਪੋਟ ਏਰੀਆ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਕਿ ਜਿਵੇਂ ਕਿ ਇੱਕ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਇੱਥੇ ਜਿਹੜਾ ਵੀ ਕੋਈ ਆਪਾਂ ਨੂੰ ਤੇ ਸ਼ੱਕੀ ਵਿਅਕਤੀ ਲੱਭਦਾ ਪਿਆ ਵਾ ਅਸੀਂ ਉਹਨਾਂ ਦੀ ਪ੍ਰੋਪਰਲੀ ਚੈਕਿੰਗ ਕਰਦੇ ਪਏ ਹਾਂ, ਆਧਾਰ ਕਾਰਡ ਵੇਖ ਰਹੇ ਹਾਂ ਤੇ ਨਾਲੇ ਕੋਈ ਵੀ ਸ਼ੱਕੀ ਆਪਾਂ ਨੂੰ ਇੱਕ ਵਹੀਕਲ ਮਿਲਦਾ ਉਹਦੇ ਪ੍ਰੋਪਰਲੀ ਇੱਕ ਡਾਕੂਮੈਂਟ ਚੈੱਕ ਕਰਦੇ ਪਏ ਹਾਂ ਤੇ ਨਾਲੇ ਬਟਾਲਾ ਸ਼ਹਿਰ ਦੇ ਵਿੱਚ ਤੇ ਵੱਖ ਵੱਖ ਥਾਵਾਂ ਤੇ ਆਪਾਂ ਇੱਕ ਨਾਕੇਬੰਦੀ ਲਵਾਈ ਗਈ ਹੈ ਤੇ ਜਿਹਦੇ ਦੌਰਾਨ ਕਾਫੀ ਚੈਕਿੰਗ ਚੱਲਦੀ ਪਈ ਉਹਦੇ ਵਿੱਚ। ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਚੀਜ਼ ਦੀ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਕਾਇੰਡਲੀ ਪੁਲਿਸ ਨੂੰ ਇਨਫੋਰਮ ਕਰੇ।